ਭਾਈ ਲਹਿਣੇ ਦਾ ਮਨ ਕਦੇ ਵੀ ਦੇਵੀ ਤੇ ਨਹੀਂ ਗਿਆ, ਦੇਵਤਿਆਂ ਤੇ ਕਰਮ ਕਾਂਡਾਂ ਦੀ ਉਪਾਸ਼ਨਾ ਵਿੱਚ ਨਹੀਂ ਉਲਝਿਆ। ਸਾਡਾ ਦੁਖਾਂਤ ਇਹ ਹੈ, ਅਸੀਂ ਦਾੜੀਆਂ ਰੱਖੀਆਂ ਹੋਈਆਂ ਨੇ, ਅਸੀਂ ਦਸਤਾਰੇ ਸਜਾਏ ਨੇ, ਕਈਆਂ ਨੇ ਕਿਰਪਾਨਾਂ ਵੀ ਪਾਈਆਂ ਹੁੰਦੀਆਂ ਨੇ, ਪਰ ਮਨ ਗੁਰੂ ਨੂੰ ਦੇਣ ਦੀ ਬਜਾਏ ਅਸੀਂ ਮਨ ਤਾਂ ਦੇਵੀ ਦੇਵਤਿਆਂ ਨੂੰ ਹੀ ਦਿੱਤਾ ਹੋਇਆ, ਤਾਂ ਹੀ ਇੱਧਰ ਉੱਧਰ ਮਨ ਭਟਕਦਾ ਫਿਰਦਾ। ਮਨ ਨਹੀਂ ਦੌੜਿਆ ਫਿਰ ਭਾਈ ਲੈਣੇ ਦਾ, ਕਿਉਂਕਿ ਮਨ ਬੇਟਾ ਸਤਿਗੁਰ ਕੈ ਪਾਸ ਤੇ ਸੇਵਕ ਹੈ ਕਾਰਜ ਰਾਸ। ਭਾਈ ਲੈਣੇ ਦਾ ਨਵਾਂ ਜਨਮ ਹੋਇਆ, ਜਨਮ ਤਾਂ ਪਹਿਲਾਂ ਫੇਰੂ ਮਰਜੀ ਦੇ ਗ੍ਰਹਿ ਵਿਖੇ ਹੋਇਆ ਸੀ, ਪਰ ਅੱਜ ਗੁਰੂ ਨਾਨਕ ਦੇ ਘਰ ਵਿੱਚ ਹੋਇਆ, ਸਤਿਗੁਰ ਕੈ ਜਨਮ ਗਮਨ ਮਟਾਇਆ। ਇਵੇਂ ਭਾਈ ਲਹਿਣਾ ਜੀ ਇਸ ਜਗਤ ਦੇ ਉੱਪਰ ਪ੍ਰਕਾਸ਼ਮਾਨ ਹੋ ਕੇ ਤੇ ਗੁਰੂ ਦਾ ਰੂਪ, ਗੁਰੂ ਦੇ ਅੰਗ ਬਣ ਗਏ। ਮੈਂ ਬੇਨਤੀ ਕਰਾਂ, ਗੁਰੂ ਨਾਨਕ ਕਿਉਂ ਨਾ ਪਛਾਣੇ ਗਏ? ਪਹਿਲਾਂ ਵੀ ਉਹਨਾਂ ਨੇ ਦਰਸ਼ਨ ਕੀਤੇ ਸਨ। ਕਾਰਨ ਇਹ ਕਿ ਗੁਰੂ ਨਾਨਕ ਕੋਈ ਭੇਖੀ ਸਾਧੂ ਨਹੀਂ ਸਨ, ਵੀ ਉਹ ਵੱਖਰੀ ਪ੍ਰਕਾਰ ਦਾ ਚੋਲਾ ਪਾ ਕੇ ਰੱਖਦੇ ਸਨ, ਰੰਗੀਨ ਕੋਈ ਪਗੜੀ ਬੰਨਦੇ ਸਨ ਤੇ ਗਲ ਦੇ ਵਿੱਚ ਕੋਈ ਰੁਦਰਾਕ ਦੀ ਮਾਲਾ, ਪੱਗ ਦੇ ਉੱਪਰ ਕੋਈ ਮਾਲਾ ਵਲ ਕੇ ਰੱਖਦੇ ਸਨ। ਗੁਰੂ ਨਾਨਕ ਸਾਹਿਬ ਬਾਰੇ ਤਾਂ ਭਾਈ ਗੁਰਦਾਸ ਆਖਦੇ ਨੇ, ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸ਼ਕਲ ਉਤਾਰਾ, ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਅਵਤਾਰਾ। ਅਸੀਂ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਵੀ ਜੇ ਤਸਵੀਰ ਬਣਾਈ ਕਾਲਪਨਿਕ, ਤੇ ਇਵੇਂ ਦੀ ਬਣਾ ਦਿੱਤੀ ਜਿਵੇਂ ਭਾਈ, ਜਿਵੇਂ ਬਾਬਾ ਕਬੀਰ ਜੀ ਨੂੰ ਝੂਠਿਆਂ ਕਰਨਾ ਹੋਵੇ, ਕਿਉਂਕਿ ਬਾਬਾ ਕਬੀਰ ਜੀ ਨੇ ਬਚਨ ਕੀਤੇ ਸਨ, ਉਹਨਾਂ ਨੇ ਬਚਨ ਕੀਤੇ ਸਨ ਕਿ ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਬਗ, ਸੇ ਹਰ ਕੇ ਸੰਤਨਾ ਆਖੀਏ ਬਾਨਾਰਸ ਕੇ ਠੱਗ, ਸ਼ਾਇਦ ਜਾਣ ਬੁੱਝ ਕੇ ਇਵੇਂ ਕਿਸੇ ਬ੍ਰਾਹਮਣ ਨੇ, ਸਾਡੇ ਵਿਰੋਧੀ ਨੇ ਤਸਵੀਰ ਬਣਾਈ ਹੈ, ਭਾਈ ਗੁਰੂ ਨਾਨਕ ਸਾਹਿਬ ਦੇ ਗਲ ਵਿੱਚ ਜਪ ਮਾਲੀਆਂ ਵੀ ਪਾ ਦਿਓ, ਹੱਥ ਵਿੱਚ ਲੋਟਾ ਵੀ ਪਕੜਾ ਦਿਓ, ਉਵੇਂ ਦੇ ਠਣਾ ਦਿਓ, ਤਾਂ ਕਿ ਆਪਾਂ ਕਹੀਏ ਵੇਖੋ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਇਵੇਂ ਲਿਖਿਆ ਤੇ ਤੁਹਾਡਾ ਬਾਬਾ ਵੀ ਤੇ ਇਵੇਂ ਦਾ ਪਹਿਰਾਵਾ ਪਾਉਂਦਾ ਸੀ? ਇਹ ਸਾਨੂੰ ਸਮਝਣ ਦੀ ਲੋੜ ਹੈ, ਸੁਚੇਤ ਹੋਣ ਦੀ ਲੋੜ ਹੈ। ਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਪ੍ਰਕਾਸ਼ਮਾਨ ਹੋਏ ਨੇ, ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗ੍ਰਹਿ ਵਿਖੇ 1 ਅਪ੍ਰੈਲ 1621 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਅੱਜ ਵੀ ਗੁਰੂ ਬਾਜ਼ਾਰ ਦੇ ਅੰਦਰ ਇੱਕ ਪਵਿੱਤਰ ਅਸਥਾਨ ਹੈ, ਗੁਰੂ ਕਾ ਮਹਿਲ ਜਿਹਨੂੰ ਕਿਹਾ ਜਾਂਦਾ ਹੈ, ਮਾਤਾ ਨਾਨਕੀ ਜੀ ਦੀ ਕੁੱਖ ਨੂੰ ਭਾਗ ਲੱਗੇ ਨੇ, ਗੁਰੂ ਹਰਗੋਬਿੰਦ ਸਿੰਘ ਮਹਾਰਾਜ ਹਰਿਮੰਦਰ ਸਾਹਿਬ ਵਿਖੇ ਆਸਾ ਕੀ ਵਾਰ ਸੁਣਦੇ ਪਏ ਨੇ। ਕੇਵਲ ਸਿੱਖ ਨੂੰ ਹੀ ਕੀਰਤਨ ਸੁਣਨ ਦਾ, ਬਾਣੀ ਸੁਣਨ ਦਾ, ਵਿਚਾਰ ਸੁਣਨ ਵਾਸਤੇ ਉਪਦੇਸ਼ ਨਹੀਂ ਹੈ, ਗੁਰੂ ਆਪ ਬਾਣੀ ਨਾਲ ਪਿਆਰ ਕਰਦਾ ਹੈ। ਮਹਾਰਾਜ ਕਹਿੰਦੇ ਨੇ, ਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨ ਮਨ ਤੇ ਟਾਰੀ ਰੇ, ਗੁਰ ਦੇ ਰਾਰੇ ਨੂੰ ਸਿਹਾਰੀ। ਮੈਂ ਅੱਗੇ ਵੀ ਬੇਨਤੀ ਕਰ ਚੁੱਕਿਆ ਹਾਂ, ਗੁਰੂ ਨੇ ਕਦੇ ਇੱਕ ਨਿਮਖ ਵਾਸਤੇ ਵੀ ਮਨ ਤੋਂ ਬਾਣੀ ਨੂੰ ਨਹੀਂ ਭੁਲਾਇਆ। ਮਹਾਰਾਜ ਕਹਿੰਦੇ ਨੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਇੰਨਾ ਪਿਆਰ ਬਾਣੀ ਦੇ ਨਾਲ, ਆਸਾ ਕੀ ਵਾਰ ਜਿਹੜੀ ਕ੍ਰਾਂਤੀਕਾਰੀ ਬਾਣੀ ਭਰਮਾਂ ਦਾ ਨਾਸ਼ ਕਰ ਦਿੰਦੀ ਹੈ, ਐਸੀ ਬਾਣੀ ਜਿਹੜੀ ਇਨਕਲਾਬ ਲਿਆ ਸਕਦੀ ਹੈ। ਸਿੱਖਾਂ ਨੇ ਇਸ ਬਾਣੀ ਨੂੰ ਪਹਿਲੀ ਗੱਲ ਸੁਣਿਆ ਹੀ ਨਹੀਂ, ਜੇ ਸੁਣਿਆ ਤੇ ਮੰਤਰ ਵਾਂਗੂ ਸੁਣਿਆ, ਨਹੀਂ ਤਾਂ ਬ੍ਰਾਹਮਣੀ ਰਸਮਾਂ ਸਿੱਖਾਂ ਵਿੱਚ ਰਹਿ ਨਹੀਂ ਸਕ ਸਕਦੀ ਹੈ। ਇਹ ਹਰ ਰੋਜ਼ ਬਾਣੀ ਗਾਇਨ ਕਰਨ ਦਾ ਉਪਦੇਸ਼ ਹੀ ਤਾਂ ਹੈ, ਤਾਂ ਕਿ ਸਾਡੇ ਜੀਵਨ ਦੇ ਵਿੱਚੋਂ ਮਨ ਮਤ ਅਨ ਮਤ ਦੌੜ ਜਾਏ, ਪਰ ਅਨ ਮਤ ਮਨ ਮਤ ਦੇ ਨਾਲ ਸਾਡਾ ਮਨ ਭਰਿਆ ਹੋਇਆ, ਕਿਉਂਕਿ ਅਸੀਂ ਆਸਾ ਕੀ ਵਾਰ ਨੂੰ ਸਹੀ ਢੰਗ ਦੇ ਨਾਲ ਸਮਝਣ ਦਾ ਯਤਨ ਨਹੀਂ ਜੇ ਕੀਤਾ। ਮੈਂ ਬੇਨਤੀ ਕਰਾਂ, ਮਹਾਰਾਜ ਆਸਾ ਕੀ ਵਾਰ ਸੁਣਦੇ ਪਹਿਲੇ ਸਿੱਖ ਨੇ ਜਾ ਕੇ ਕੰਨ ਦੇ ਵਿੱਚ ਦੱਸਿਆ, ਸਤਿਗੁਰੂ ਤੁਹਾਡੇ ਗ੍ਰਹਿ ਵਿਖੇ ਇੱਕ ਪੁੱਤਰ ਪ੍ਰਕਾਸ਼ਮਾਨ ਹੋਇਆ। ਮਹਾਰਾਜ ਸਮਾਪਤੀ ਉਪਰੰਤ ਸਿੱਧੇ ਮਹਿਲਾਂ ਵਿੱਚ ਗਏ ਨੇ, ਔਰ ਜਾ ਕੇ ਉਹਨਾਂ ਨੇ ਦਰਸ਼ਨ ਕੀਤੇ ਬਾਲਕ ਦੇ, ਗੋਦ ਦੇ ਵਿੱਚ ਉਠਾਇਆ, ਸੂਰਜ ਪ੍ਰਕਾਸ਼ ਦਾ ਕਰਤਾ ਕਹਿੰਦਾ ਹੈ, ਉਹਨਾਂ ਨੇ ਬਚਨ ਕੀਤਾ, ਕਹਿੰਦੇ ਧੰਨ ਹੁੰਦੇ ਨੇ ਜਿਹੜੇ ਕਿਸੇ ਦਾ ਪੜਦਾ ਕੱਢਦੇ ਨੇ। ਕਈ ਸਿੱਖਾਂ ਨੇ ਪੁੱਛਿਆ, ਮਹਾਰਾਜ ਇਹ ਲਫ਼ਜ਼ ਕਿਉਂ ਕੀਤੇ ਨੇ? ਮਾਨੋ ਗੁਰੂ ਸਾਹਿਬ ਜੀ ਨੇ ਜਿਵੇਂ ਭਵਿੱਖ ਬਾਣੀ ਕੀਤੀ ਹੋਵੇ, ਕਿਉਂਕਿ ਜਿਹੜੇ ਕਿਸੇ ਦਾ ਪੜਦਾ ਕੱਢਣ ਵਾਕਈ ਉਹ ਧੰਨ ਹੁੰਦੇ ਨੇ। ਕੀ ਪਤਾ ਸੀ ਸੰਗਤਾਂ ਨੂੰ ਵੀ ਇਹਨਾਂ ਨੇ ਪੜਦਾ ਕੱਢਣਾ ਹੈ, ਔਰ ਪੂਰੀ ਕੌਮ ਦਾ ਹੀ ਪੜਦਾ ਕੱਢਣਾ, ਜਿਨ੍ਹਾਂ ਦੀ ਜਿਸ ਕੌਮ ਦੇ ਵਸਤਰਾਂ ਦਾ ਚੀਰਹਨ ਕੀਤਾ ਜਾ ਰਿਹਾ ਸੀ। ਗੁਰੂ ਤੇਗ ਬਹਾਦਰ ਸਿੰਘ ਮਹਾਰਾਜ, ਉਹਨਾਂ ਦਾ ਪਹਿਲਾ ਨਾਮ ਤਿਆਗਮਲ ਰੱਖਿਆ ਗਿਆ। ਮਹਾਰਾਜਾਨੀ ਜਾਣ ਸਨ ਤਿਆਗ ਦੀ ਮੂਰਤ, ਤਿਆਗ ਦੀ ਬਿਰਤੀ, ਤਿਆਗਮਲ ਜੀ ਦੀ, ਗੁਰੂ ਨਾਨਕ ਸਾਹਿਬ ਜੀ ਦੇ ਸਰੂਪ, ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੀ ਪਵਿੱਤਰ ਗੋਦ ਦਾ ਨਿਤ ਲਾਹਾ ਲੈਂਦੇ ਨੇ, ਨਿਤ ਗੁਰੂ ਦੇ ਪਿਆਰ ਦੀਆਂ ਲੋਰੀਆਂ ਲੈਂਦੇ ਨੇ, ਤੇ ਖਿਆਲ ਕਰਿਓ ਜਿਵੇਂ ਦਾ ਮਾਹੌਲ ਹੋਵੇ ਬੱਚੇ ਦੀ ਘਾੜਤ ਉਵੇਂ ਦੀ ਘੜੀ ਜਾਂਦੀ।
ਜੇ ਅੱਜ ਆਪਾਂ ਸਿੱਖੀ ਦੇ ਮਾਹੌਲ ਵਿੱਚ ਆਪਣੇ ਬੱਚਿਆਂ ਨੂੰ ਪ੍ਰਪੱਕ ਕਰਨਾ ਹੈ ਨਾ, ਤੇ ਆਪਣੇ ਘਰ ਦੇ ਮਾਹੌਲ ਨੂੰ ਸਿੱਖੀ ਵਾਲਾ ਮਾਹੌਲ ਬਣਾਉਣਾ ਪਏਗਾ। ਘਰ ਦੇ ਵਿੱਚ ਮਾਤਾ ਪਿਤਾ ਨੂੰ ਬਾਣੀ ਪੜ੍ਹਨੀ ਪਏਗੀ, ਘਰ ਦੇ ਵਿੱਚ ਮਾਤਾ ਪਿਤਾ ਨੂੰ ਗੁਰੂ ਦੇ ਪਿਆਰ ਦੇ ਨਾਲ ਭਰੀਆਂ ਹੋਈਆਂ ਗੱਲਾਂ ਤੇ ਸਾਖੀਆਂ ਕਹਿਣੀਆਂ ਪੈਣਗੀਆਂ। ਜਿੰਨੇ ਸਮੇਂ ਤੱਕ ਮਾਹੌਲ ਨਹੀਂ ਨਾ ਘਰ ਦਾ ਸਿੱਖੀ ਵਾਲਾ, ਉਹਨੇ ਸਮੇਂ ਤੱਕ ਸਿੱਖੀ ਬੱਚਿਆਂ ਦੇ ਵਿੱਚ ਨਹੀਂ ਆ ਸਕਦੇ। ਕਹਿੰਦੇ ਨੇ ਮਾਹੌਲ ਐਸਾ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨਿਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਗੋਦ ਦੇ ਵਿੱਚ ਬੈਠਦੇ ਨੇ, ਪਵਿੱਤਰ ਉਹਨਾਂ ਦੇ ਪਿਆਰ ਦੀਆਂ ਲੋਰੀਆਂ ਲੈਂਦੇ ਨੇ, ਤੇ ਆਖਰ ਫਿਰ ਗੁਰੂ ਦੀ ਬਖਸ਼ਿਸ਼ ਹੋਈ, ਉਹ ਸੂਰਤ ਉਹ ਮੂਰਤ ਉਹਨਾਂ ਦੀ ਘੜੀ ਗਈ, ਤੈ ਜਨਮਤ ਗੁਰਮਤ ਬ੍ਰਹਮ ਪਛਾਣੇ। ਜਿਵੇਂ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਨਾ ਕਿ ਤੁਸੀਂ ਤਾਂ ਗੁਰੂ ਦੇ ਘਰ ਵਿੱਚ ਜਨਮਦਿਆਂ ਹੀ ਗੁਰਮਤ ਤੇ ਬ੍ਰਹਮ ਦੀ ਪਹਿਚਾਣ ਕਰ ਲਏ ਸੀ। ਇਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰ ਜਦੋਂ ਗਿਆਨ ਦਾ ਉਹਨਾਂ ਦਾ ਜਨਮ ਹੋਇਆ ਤੇ ਉਹਨਾਂ ਨੇ ਗੁਰਮਤ ਨੂੰ ਵੀ ਪਹਿਚਾਣ ਲਿਆ, ਬ੍ਰਹਮ ਨੂੰ ਵੀ ਪਹਿਚਾਣ ਲਿਆ, ਔਰ ਉਹ ਅਵਸਥਾ ਬਣ ਗਈ ਜਿਹੜੀ ਅਵਸਥਾ ਕਈ ਵਾਰ ਵੱਡੇ ਵੱਡੇ ਸਿੱਧਾਂ ਯੋਗੀਆਂ ਦੀ ਵੀ ਨਹੀਂ ਜੇ ਬਣ ਪਾਉਂਦੇ। ਕਹਿੰਦੇ ਨੇ ਕਿ ਇੱਕ ਦਿਨ ਬਾਬਾ ਗੁਰਦਿੱਤਾ ਜੀ ਵੱਡੇ ਭਾਈ ਸਾਹਿਬ ਉਹਨਾਂ ਦਾ ਵਿਆਹ ਹੈ, ਬਰਾਤ ਚੜ੍ਹਨ ਲੱਗੀ। ਆਮ ਹੀ ਸਾਡੇ ਸਮਾਜ ਦੇ ਵਿੱਚ ਬਰਾਤ ਨੂੰ ਵੇਖਣ ਦੀ ਇੱਕ ਪ੍ਰਕਿਰਿਆ ਹੈ, ਬਹੁਤ ਸਾਰੇ ਲੋਕ ਵਿਆਹ ਦੇ ਸਮੇਂ ਚੜ੍ਹਦੀ ਹੋਈ ਬਰਾਤ ਨੂੰ ਵੇਖਣ ਵਾਸਤੇ ਆਏ। ਇੱਕ ਬੱਚਾ, ਉਹਦੇ ਗਲ ਕੱਪੜੇ ਨਹੀਂ ਹੈਗੇ, ਉਹ ਨਗਨ ਹੈ ਤੇ ਪਿੱਛੇ ਪਿੱਛੇ ਲੁਕਦਾ ਪਿਆ ਹੈ, ਤਾੜ ਲਿਆ। ਛੋਟੀ ਜਿਹੀ ਉਮਰ ਦੇ ਵਿੱਚ ਹੀ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਤਾੜ ਲਿਆ, ਇਹ ਕਿਉਂ ਪਿੱਛੇ ਪਿਆ ਲੁਕਦਾ ਹੈ? ਕਹਿੰਦੇ ਨੇ ਉਹਨਾਂ ਨੇ ਜਾ ਕੇ ਆਪਣਾ ਸੋਹਣਾ ਜਾਮਾ ਜਿਹੜਾ ਬਰਾਤ ਨਾਲ ਜਾਣ ਵਾਸਤੇ ਪਹਿਨਾਇਆ ਗਿਆ ਸੀ ਮਾਤਾ ਨਾਨਕੀ ਜੀ ਵੱਲੋਂ, ਉਹ ਉਤਾਰਿਆ ਤੇ ਉਸ ਨੰਗੇ ਬੱਚੇ ਨੂੰ ਉਹ ਵਸਤਰ ਦੇ ਦਿੱਤਾ ਜਿਹੜਾ ਸਭ ਤੋਂ ਪਿੱਛੇ ਸੀ, ਉਹਨੂੰ ਚੱਕ ਕੇ ਸਭ ਤੋਂ ਅੱਗੇ ਕਰ ਦਿੱਤਾ। ਜਦੋਂ ਨਾਨਕੀ ਜੀ ਹੁਣਾਂ ਨੇ ਤੱਕਿਆ, ਥੋੜੀਆਂ ਮਿੱਠੀਆਂ ਝਿੜਕਾਂ ਦਿੱਤੀਆਂ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਨਹੀਂ, ਝਿੜਕਾਂ ਨਹੀਂ ਦੇਣੀਆਂ, ਇਸੇ ਵਾਸਤੇ ਤਾਂ ਜਗਤ ਵਿੱਚ ਆਏ ਨੇ। ਚੁੱਕਿਆ, ਪਿਆਰ ਕੀਤਾ, ਕਹਿਣ ਲੱਗੇ ਬੇਟਾ ਜਿਹੜਾ ਕੰਮ ਕਰਨ ਵਾਸਤੇ ਆਏ ਹੋ ਹੁਣ ਤੋਂ ਹੀ ਆਰੰਭ ਕਰ ਦਿੱਤਾ, ਅਜੇ ਤਾਂ ਕੇਵਲ ਉਹਨਾਂ ਨੇ ਗਲੋਂ ਕੱਪੜਾ ਉਤਾਰ ਕੇ ਕਿਸੇ ਨੰਗੇ ਦੀ ਪੱਤ ਕੱਜੀ ਏ, ਪਰ ਉਹਨਾਂ ਨੇ ਤੇ ਉਹ ਮਿਹਨਤ ਕਰਨੀ ਸੀ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ, ਹੋਏ ਬੜੇਵਾ ਜੱਗ ਵਿੱਚ ਬੀਜੇ ਤਨ ਖੇ ਨਰ ਲਾਇਆ, ਬੂਟੀ ਹੋਵੇ ਕਪਾਹ ਦੀ ਟਿੰਡੇ ਹੱਸ ਹੱਸ ਆਪ ਖੜਾਇਆ, ਦੋਇ ਮਿਲ ਵੇਲਣ ਵੇਲਿਆ ਲੂੰ ਲੂੰ ਕਰ ਤੁੰਬ ਤਬਾਇਆ, ਪਿੰਜਣ ਪਿੰਜ ਉਡਾਇਆ ਕਰ ਕਰ ਗੋਣੀ ਸੂਤ ਪਤਾਇਆ, ਤਨ ਹੁਣ ਖੰਭ ਚੜਾਏ ਕਹਿ ਦੇ ਦੇ ਦੁੱਖ ਧੁਆਏ ਰੰਗਾਇਆ, ਕੈਂਚੀ ਕੱਟਣ ਕੱਟਿਆ ਸੂਈ ਧਾਗੇ ਜੋੜ ਸਵਾਇਆ, ਲੱਜਣ ਕੱਜਣ ਹੋਏ ਕਜਾ। ਜਿਵੇਂ ਵੜੇਵਾ ਬੀਜੀਏ, ਜਿਵੇਂ ਉਹ ਬੂਟੀ ਉੱਗਦੀ ਏ, ਉਹਦੇ ਨਾਲ ਟੀਂਡਾ ਲੱਗਦਾ, ਰੂਮ ਐਵੇਂ ਦਿਸਦਾ ਜਿਵੇਂ ਕੋਈ ਹੱਸ ਰਿਹਾ ਹੋਵੇ, ਉਹਨੂੰ ਤਣ ਉਣ ਕੇ ਕੱਪੜਾ ਬਣਾ ਕੇ ਉਹਨੂੰ ਕੈਂਚੀ ਕੱਟਦੀ, ਉਹਨੂੰ ਸੂਈ ਚੋਭਾ ਲਾਉਂਦੀ, ਫਿਰ ਜਦੋਂ ਕੱਪੜਾ ਬਣ ਜਾਂਦਾ ਹੈ ਕਿਸੇ ਨੰਗੇ ਦੀ ਲੱਜਾ ਕੱਜਣ ਵਾਸਤੇ ਉਹ ਕੱਪੜਾ ਕੰਮ ਆਉਂਦਾ ਹੈ। ਕਹਿਣ ਲੱਗੇ ਲੱਜਣ ਕੱਜਣ ਹੋਏ ਕਜਾਇਆ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬੜੀ ਮਿਹਨਤ ਕੀਤੀ, ਉਹ ਮਿਹਨਤ ਕਰਵਾਉਣ ਵਾਸਤੇ ਆਪਾਂ ਜ਼ਬਰਦਸਤੀ ਉਹਨਾਂ ਨੂੰ ਵਾੜ ਦਿੱਤਾ ਭੋਰੇ ਵਿੱਚ, ਪਰ ਭੱਟ ਮਈਆਂ ਤੇ ਪੰਡਾ ਨਹੀਂ ਜੇ ਮਰਦੀ ਹੈ। ਗਿਣਤੀ ਲਿਖ ਦਿੱਤੀ ਸੰਪਰਦਾਇਆਂ ਨੇ, ਇੰਨੇ ਸਾਲ ਇੰਨੇ ਮਹੀਨੇ ਇੰਨੇ ਦਿਨ ਵਿੱਚ ਵੜੇ ਰਹੇ, ਕਿਹੜਾ ਮਤ ਕਿਹੜੀ ਵਿਚਾਰਧਾਰਾ ਸਾਡੀ ਕਹਿੰਦੀ ਵੀ ਭੋਰੇ ਵਿੱਚ ਵੜ ਕੇ ਰਹਿਣਾ ਚਾਹੀਦਾ? ਭੋਰਿਆਂ ਵਿੱਚ ਤਾਂ ਡਰਪੋਕ ਲੋਕ ਵੜਦੇ ਨੇ, ਜਾਂ ਫਿਰ ਜੰਗ ਦੇ ਸਮੇਂ ਫੌਜੀ ਤਰਬੀਅਤ ਵਾਸਤੇ ਵੜਨਾ ਪੈਂਦਾ, ਜਾਂ ਉਹਨਾਂ ਦਿਨਾਂ ਵਿੱਚ ਜਦੋਂ ਹਮਲੇ ਹੋਣ ਦਾ ਡਰ ਸੀ, ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਸੀ। 18ਵੀਂ ਸਦੀ ਵਿੱਚ ਸਿੱਖ ਪੁਜਾਰੀਆਂ ਨੇ ਮਹਾਰਾਜ ਨੂੰ ਭੋਰੇ ਵਿੱਚ ਪ੍ਰਕਾਸ਼ਮਾਨ ਕੀਤਾ ਤੇ ਉੱਪਰ ਮੰਦਰ ਦੀ ਸ਼ਕਲ ਗੁਰਦੁਆਰਿਆਂ ਵਾਲੀ ਬਣਾਈ ਸੀ, ਤਾਂ ਕਿ ਫੌਜ ਆਵੇ ਤੇ ਕਹਿ ਦਈਏ ਤਾਂ ਹਿੰਦੂਆਂ ਦਾ ਮੰਦਰ ਹੈ। ਹੇਠਾਂ ਜਾ ਕੇ ਮਹਾਰਾਜ ਦਾ ਪਾਠ ਕਰਦੇ ਸਨ, ਕਿਉਂਕਿ ਉਦੋਂ ਮਹਾਰਾਜ ਦੀ ਬੇਅਦਬੀ ਕਰ ਦਿੰਦੇ ਸਨ, ਉਦੋਂ ਗੁਰ ਕਹਿਣ ਤੇ ਪਾਬੰਦੀ ਸੀ, ਉਦੋਂ ਗੁੜ ਕਹਿਣ ਤੇ ਵੀ ਪਾਬੰਦੀ ਸੀ, ਉਦੋਂ ਪੋਥੀ ਕਹਿਣ ਵਾਸਤੇ ਕਿਹਾ ਜਾਂਦਾ ਸੀ, ਤੇ ਕਹਿੰਦੇ ਸਨ ਗੁੜ ਨੂੰ ਵੀ ਭੇਰੀ ਕਹੋ, ਕਿਉਂਕਿ ਗੁੜ ਕਹਿ ਕੇ ਗੁਰ ਦਾ ਭੁਲੇਖਾ ਪੈਂਦਾ। ਆਰਡੀਨੈਂਸ ਜਾਰੀ ਕੀਤਾ ਸੀ ਸਰਕਾਰ ਨੇ, ਭੋਰੇ ਵਿੱਚ ਨਹੀਂ ਰਹੇ, ਪੰਡਾ ਵਹੀਆਂ ਭੱਟ ਵਹੀਆਂ, ਅੱਜ ਸਾਡੇ ਪਾਸ ਨੇ ਵਿਦਵਾਨਾਂ ਦੇ ਕੋਲ, ਪੰਡਾ ਵਹੀਆਂ ਉਹ ਹੁੰਦੀਆਂ ਨੇ ਜਿਹੜੀਆਂ ਪਾਂਡੇ ਲਿਖਦੇ ਨੇ, ਹਰਿਦੁਆਰ ਬਹਿ ਕੇ ਲਿਖਦੇ ਨੇ, ਗਯਾ ਬਹਿ ਕੇ ਲਿਖਦੇ ਨੇ, ਜਿਹੜੀਆਂ ਵਹੀਆਂ ਲਿਖਦੇ ਨੇ ਉਹ ਤਰਬੇਣੀ ਵਿਖੇ, ਉਹਦੇ ਵਿੱਚ ਲਿਖਦੇ ਨੇ ਕਦੋਂ ਕੌਣ ਕਦੋਂ ਕਿਹੜੀ ਡੇਟ ਨੂੰ ਇੱਥੇ ਆਇਆ, ਤੇ ਭੱਟ ਵਹੀਆਂ ਜਿਹੜੇ ਭੱਟ ਸ਼ਿਫਤਾਂ ਕਰਦੇ ਨੇ, ਨਕੀਬ ਹੁੰਦੇ ਨੇ ਜਿਵੇਂ ਉਵੇਂ ਨਕੀਬਾਂ ਪੜ੍ਹਦੇ ਨੇ, ਇਵੇਂ ਪੰਡਾ ਵਹੀਆਂ ਤੇ ਭੱਟ ਵਹੀਆਂ ਦੇ ਵਿੱਚ ਉਹ ਟਾਈਮ ਆਫ ਪੀਰੀਅਡ ਹੈ। ਗੁਰੂ ਨਾਨਕ ਦੇਵ ਜੀ ਦੀ ਨੌਵੀਂ ਜੋਤ, ਕਦੇ ਰਾਜਸਥਾਨ ਪ੍ਰਚਾਰ ਕਰ ਰਹੇ ਨੇ, ਕਦੇ ਉਹ ਜਾ ਰਹੇ ਨੇ
ਬਿਹਾਰ ਦੇ ਇਲਾਕੇ ਵਿੱਚ, ਔਰ ਮੈਂ ਇਹ ਵੀ ਬੇਨਤੀ ਕਰਾਂ, ਨਵੀਂ ਖੋਜ ਡਾਕਟਰ ਤਾਰਨ ਸਿੰਘ, ਡਾਕਟਰ ਫੌਜਾ ਸਿੰਘ, ਡਾਕਟਰ ਗੰਡਾ ਸਿੰਘ, ਪਿਛਲੇ ਦਿਨੀ ਇੱਕ ਲੇਟੈਸਟ ਬੁੱਕ ਆਈ ਮੇਰੇ ਉਸਤਾਦ ਜੀ ਸਰਦਾਰ ਮਹਿੰਦਰ ਸਿੰਘ ਜੋਸ਼ ਗੁਰਪੁਰਬ ਵਾਸੀ, ਉਹਨਾਂ ਨੇ ਸਭ ਵਿਦਵਾਨਾਂ ਨੇ ਲਿਖਿਆ ਕਿ ਪੂਰਬ ਦੀ ਪਹਿਲੀ ਯਾਤਰਾ ਤੋਂ ਵਾਪਸ ਮੁੜ ਰਹੇ ਸਨ ਤੇ ਮਿਲੇ ਨੇ ਧੰਨ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਦਿੱਲੀ ਵਿਖੇ। ਉੱਥੇ ਹੀ ਸਾਰੀਆਂ ਰਸਮਾਂ ਹੋ ਗਈਆਂ ਸਨ ਗੁਰਗੱਦੀ ਦੀਆਂ, ਔਰ ਡਿਕਲੇਅਰ ਨਹੀਂ ਸੀ ਕੀਤਾ, ਕੇਵਲ ਮੁਖੀ ਸਿੱਖਾਂ ਨੂੰ ਪਤਾ ਸੀ ਸਰਕਾਰ ਗੁਰੂ ਘਰ ਉੱਪਰ ਸਖਤੀ ਕਰ ਰਹੀ ਸੀ, ਰਾਜਨੀਤਿਕ ਪੈਂਦੜਾ ਸੀ, ਇਸ ਵਾਸਤੇ ਬਹੁਤੇ ਸਿੱਖਾਂ ਨੂੰ ਨਹੀਂ ਦੱਸਿਆ ਗਿਆ। ਬਸ ਇੰਨੇ ਬਚਨ ਕਰਕੇ ਗੁਰੂ ਸਾਹਿਬ ਜੋਤੀ ਜੋ ਸਮਾਏ ਸਨ, ਬਾਬਾ ਬਸੈ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਗਲ ਸੰਭਾਲੇ। ਉਸ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਵੀ ਅੱਜ ਆਪਾਂ ਪਵਿੱਤਰ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਜਿਨ੍ਹਾਂ ਨੇ ਹਿੰਦੁਸਤਾਨ ਦੀ ਪੱਤ ਨੂੰ ਕੱਜਣ ਵਾਸਤੇ, ਧਰਮ ਦੀ ਪੱਤ ਨੂੰ ਕੱਜਣ ਵਾਸਤੇ ਆਪਣੇ ਤਨ ਦੀ ਆਹੂਤੀ ਦੇ ਦਿੱਤੀ। ਔਰ ਬਚਨ ਆਮ ਹੀ ਆਪਾਂ ਇਤਿਹਾਸਕ ਰੂਪ ਦੇ ਅੰਦਰ ਪਠਨ ਕਰਦੇ ਹਾਂ, ਤਿਲਕ ਜੰਨੂ ਰਾਖਾ ਪ੍ਰਭ ਤਾਕਾ ਕਿੰਨੂ ਵੱਡੋ ਕੱਲੂ ਮੈਂ ਸਾਕਾ ਸਾਧਨ ਹੇਠ ਇਤ ਜਿਨ ਕਰੀ ਸੀਸ ਦੀਆ ਸੀ ਨਾ ਪਰ ਸੀ ਨਾ ਉਚਰੀ ਧਰਮ ਹੇਠ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ। ਸੀਸ ਦੇ ਦਿੱਤਾ ਪਰ ਉਹਨਾਂ ਨੇ ਆਪਣਾ ਸਿਰੜ ਜਿਹੜਾ ਸੀ ਉਹ ਨਾ ਤਿਆਗਿਆ। ਐਸੇ ਦੀਨ ਦਿਆਲ ਸਤਿਗੁਰੂ ਜੀ ਦਾ ਵੀ ਅੱਜ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬਾਂ ਦੀ ਆਪ ਜੀ ਨੂੰ ਲੱਖ ਲੱਖ ਵਧਾਈ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਬੁਲਾਓ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ